हेलो स्टूडेंट्स स्वागत है तो साइफाई स्टडी के उपर आप इस चैनल उपर ईटीटी टी केडर पेपर साइंस की प्रैपरेशन कर रहे हैं हाँ जी आप तीन चैप्टर कंप्लीट कर चुके हैं अब आप चौथा चैप्टर स्टार्ट करना है जिसका नाम है वर्क पावर एनर्जी ठीक है जी अच्छ आप वर्क बारे पढ़ांगे कि वर्क की चीज़ होंगी है वर्क मतलब कि कम कि कम कि होंद ਠੀਕ ਹੈ ਪਹਿਲਾਂ ਆਪਾਂ ਇੰਗਲਿਸ਼ ਦੇ ਵਿੱਚ ਡੈਫੀਨੇਸ਼ਨ ਦੇਖਦੇ ਹਾਂ ਥੈਨ ਆਪਾਂ ਪੰਜਾਬੀ ਦੇ ਵਿੱਚ ਸਮਝਾਂਗੇ ਕਿ ਵਰਕ ਕੀ ਚੀਜ਼ ਹੁੰਦੀ ਹੈ ਵਰਕ ਕੀ ਹੁੰਦਾ ਆਪਣਾ ਡੇਲੀ ਰੁਟੀਨ ਦੇ ਵਿੱਚ ਜਿਹੜਾ ਆਪਾਂ ਕੰਮ ਕਰਦੇ ਹਾਂ ਉਹ ਕੀ ਹੈ ਵਰਕ ਹੈ ਠੀਕ ਹੈ ਵਰਕ ਭਾਵੇਂ ਕੋਈ ਮਸ਼ੀਨ ਕਰ ਰਹੀ ਹੋਵੇ ਚਾਹੇ ਆਪਾਂ ਕਰ ਰਹੇ ਹੋਵਾਂ ਉਹ ਕੀ ਹੁੰਦਾ ਹੈ ਵਰਕ ਹੀ ਹੁੰਦਾ ਠੀਕ ਹੈ ਵਰਕ ਇਸ ਸੈਟ ਟੂ ਬੀ ਡਨ ਵੈਨ ਆ ਬੋਡੀ ਐਕਟਡ ਅਪਨ ਬਾਇਆ ਫੋਰਸ ਮੂਵਸ ਐਕਚੁਅਲੀ ਥਰੋ ਸਮ ਡਿਸਟੈਂਸ ਇਨ ਦਾ ਡਾਇਰੈਕਸ਼ਨ ਆਫ ਦਾ ਫੋਰਸ ਕੀ ਕੀ ਹੈ ਕਿ ਆਪਾਂ ਕਦੋਂ ਮੰਨਾਂਗੇ ਕਿ ਕੋਈ ਕੰਮ ਹੋਇਆ ਜਦੋਂ ਮੰਨ ਲਓ ਆਹ ਕੋਈ ਬਾਡੀ ਹੈ ਜਦੋਂ ਕੋਈ ਵੀ ਬਾਡੀ ਦੇ ਉੱਪਰ ਆਪਾਂ ਕੋਈ ਵੀ ਫੋਰਸ ਲਾਉਣੇ ਆ ਤੇ ਜਿਸ ਦਿਸ਼ਾ ਦੇ ਵਿੱਚ ਆਪਾਂ ਫੋਰਸ ਲਾਉਣੇ ਆ ਵੱਲ ਆਉਣੇ ਆ ਉਸੇ ਦਿਸ਼ਾ ਦੇ ਵਿੱਚ ਇਹ ਕੀ ਹੈ ਕੁਝ ਦੂਰੀ ਤੈਅ ਕਰ ਜਾਂਦੀ ਹੈ ਮੰਨ ਲਓ ਉਰੋਂ ਲੈ ਕੇ ਕਿ ਇਹ ਇੱਥੇ ਚਲੀ ਗਈ ਇਹਨੇ ਕੋਈ ਦੂਰੀ ਤੈਅ ਕੀਤੀ ਇਸ ਬਾਡੀ ਨੇ ਤਾਂ ਆਪਾਂ ਕਹਾਂਗੇ ਕੀ ਹੋਇਆਗਾ ਵਰਕ ਡਨ ਹੋਇਆ ਕੰਮ ਹੋਇਆ ਠੀਕ ਹੈ ਵਰਕ ਡਨ ਆਪਾਂ ਐਵੇਂ ਵੀ ਡਿਫਾਈਨ ਕਰ ਸਕਦੇ ਹਾਂ ਕਿ ਵਰਕ ਇਜ਼ ਅ ਪ੍ਰੋਡਕਟ ਆਫ ਫੋਰਸ ਐਂਡ ਡਿਸਪਲੇਸਮੈਂਟ ਆਪਾਂ ਨੇ ਕੀ ਆਹ ਵਾਲਾ ਐਕਸਪ੍ਰੈਸ਼ਨ ਯਾਦ ਕਰਨਾ ਹੈ ਕਿ ਵਰਕ ਕੀ ਹੁੰਦਾ ਹੈ ਕਿ ਆਪਾਂ ਨੇ ਕਿੰਨੀ ਫੋਰਸ ਲਾਈ ਸੀ ਤੇ ਬੋਡੀ ਨੇ ਕਿੰਨਾ ਡਿਸਟੈਂਸ ਕਿੰਨੀ ਦੂਰੀ ਤੈਅ ਕਰ ਲਈ ਅਗਰ ਬੋਡੀ ਕੋਈ ਵੀ ਦੂਰੀ ਤੈਅ ਨਹੀਂ ਕਰਦੀ ਜਾਂ ਫਿਰ ਆਪਾਂ ਕਿਸੇ ਬੋਡੀ ਦੇ ਉੱਪਰ ਕੋਈ ਵੀ ਫੋਰਸ ਕੋਈ ਵੀ ਬਲ ਨਹੀਂ ਲਾਉਂਦੇ ਇਹਦਾ ਮਤਲਬ ਕੋਈ ਵੀ ਵਰਕ ਡਨ ਕੀ ਹੈ ਨਹੀਂ ਹੋਊਗਾ ਕਲੀਅਰ ਨੈਕਸਟ ਦੇਖੋ ਅਗਰ ਆਪਾਂ ਜਿਹੜੀ ਫੋਰਸ ਹੈ ਕਿਸੇ ਦਿਸ਼ਾ ਦੇ ਵਿੱਚ ਉਲਾਰ ਰਹੀਆਂ ਕਿਸੇ ਖਾਸ ਦਿਸ਼ਾ ਦੇ ਵਿੱਚੋਂ ਤਾਂ ਆਪਣੇ ਕੋਲੇ ਕੀ ਹੈ ਐਂਗਲ ਬਣੂਗਾ ਐਂਗਲ ਕਿਵੇਂ ਬਣੂਗਾ ਇਸ ਤਰ੍ਹਾਂ ਨਾਲ ਕਿ ਮੰਨ ਲਓ ਕੋਈ ਆਬਜੈਕਟ ਪਿਆ ਸੀ ਠੀਕ ਹੈ ਆਪਾਂ ਇਸ ਤਰੀਕੇ ਨਾਲ ਫੋਰਸ ਲਗਾ ਰਹੇ ਹਾਂ ਤੇ ਤੇ ਤਾਂ ਜਿੱਧਰ ਨੂੰ ਉਹ ਡਿਸਪਲੇਸ ਕਰ ਰਿਹਾ ਜਿੱਧਰ ਨੂੰ ਦੂਰੀ ਤੈਅ ਕਰ ਰਿਹਾ ਉਹਦੇ ਨਾਲ ਉਹ ਕੀ ਬਣਾ ਰਿਹਾ θ ਐਂਗਲ ਬਣਾ ਰਿਹਾ ਠੀਕ ਹੈ ਤਾਂ ਆਪਾਂ ਕੀ ਆਵਲਾ ਡਾਟ ਪ੍ਰੋਡਕਟ ਹਟਾ ਕੇ ਆਪਾਂ ਕੀ ਲਾ ਦਾਂਗੇ W fs cos θ cos θ ਕੀ ਹੈ ਜਿਹੜਾ ਹਾਂ ਐਂਗਲ ਬਣਿਆ ਆਪਣੇ ਕੋਲ ਠੀਕ ਹੈ ਇਸ ਵਾਲੇ ਫਾਰਮੂਲੇ ਨੂੰ ਵੀ ਆਪਾਂ ਨੇ ਯਾਦ ਰੱਖਣਾ ਇਸ ਵਾਲੇ ਫਾਰਮੂਲੇ ਨੂੰ ਵੀ ਆਪਾਂ ਨੇ ਯਾਦ ਰੱਖ ਲੈ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਵਰਕ ਹੈ ਕੰਮ ਹੈ ਉਹ ਕਿਹੜੇ ਕਿਹੜੀਆਂ ਚੀਜ਼ਾਂ ਤੇ ਨਿਰਭਰ ਕਰਦਾ ਕਿਹੜੇ ਕਿਹੜੀਆਂ ਚੀਜ਼ਾਂ ਦੇ ਉੱਪਰ ਡਿਪੈਂਡ ਕਰਦਾ ਦ ਵਰਕ ਡਨ ਡਿਪੈਂਡ ਅਪਨ ਫੋਰਸ ਅਪਲਾਈ ਆਪਾਂ ਨੂੰ ਪਤਾ ਹੈ ਕਿ ਵਰਕ ਦਾ ਫਾਰਮੂਲਾ ਕੀ ਪੜਿਆ ਵਰਕ ਇਕੁਅਲ ਟੂ f s cos θ ਤਾਂ ਤਿੰਨ ਚੀਜ਼ ਜਿਹੜਾ ਆਪਾਂ ਨੂੰ ਇੱਥੇ ਦਿਖਾਈ ਦੇ ਰਹੀਆਂ ਨੇ ਪਹਿਲੀ ਕੀ ਹੈ ਵੀ ਫੋਰਸ ਤੇ ਡਿਪੈਂਡ ਕਰਦਾ ਹੈ ਫੋਰਸ ਦੇ ਬਦਲ ਘਟਣ ਨਾਲ ਵੀ ਵਰਕ ਨੂੰ ਫਰਕ ਪਾਊਗਾ ਦੂਸਰਾ ਹੈਗਾ ਡਿਸਪਲੇਸਮੈਂਟ ਕਿੰਨੀ ਦੂਰੀ ਤੱਕ ਕੀਤੀ ਆ ਇਹਦੇ ਨਾਲ ਵੀ ਫਰਕ ਪਾਊਗਾ ਤੀਸਰਾ ਹੈਗਾ ਫੋਰਸ ਤੇ ਡਿਸਪਲੇਸਮੈਂਟ ਫੋਰਸ ਤੇ ਡਿਸਪਲੇਸਮੈਂਟ ਇਹਨਾਂ ਦੇ ਵਿੱਚ ਜਿਹੜਾ ਹੈ ਐਂਗਲ ਬਣ ਰਿਹਾ θ ਇਹਦੇ ਉੱਤੇ ਵੀ ਕੀ ਹੈ ਡਿਪੈਂਡ ਕਰੂਗਾ ਫੋਰਸ ਤੇ ਡਿਸਪਲੇਸਮੈਂਟ ਠੀਕ ਹੈ ਜੀ ਅੱਗੇ ਦੇਖਣਾ ਆਪਾਂ ਨੇ ਕਿ ਵਰਕ ਹੈ ਜਿਹੜਾ ਇਹਦੀ SI ਯੂਨਿਟ ਕੀ ਹੈ SI ਯੂਨਿਟ ਕੀ ਹੈ ਜਾਊਲਸ ਵਰਕ ਦੀ ਐਸਾ ਯੂਨਿਟ ਕੀ ਹੈ ਜਾਊਲ ਹੈ ਤੇ ਇਹ ਕੀ ਇੱਕ ਸਕੈਲਰ ਕੁਆਂਟੀਟੀ ਆ ਸਕੈਲਰ ਮਤਲਬ ਇਹਦਾ ਸਿਰਫ ਕੀ ਮਾਤਰਾ ਹੈ ਮੈਗਨੀਟਿਊਡ ਹੈ ਕੋਈ ਵੀ ਡਾਇਰੈਕਸ਼ਨ ਹੈ ਜਿਹੜੀ ਨਹੀਂ ਹੈਗੀ ਵਰਕ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਸੈਕੰਡ ਆਪਣੇ ਕੋਲੇ ਆਵਲਾ ਐਮਸੀਕਿਊ ਹੋ ਸਕਦਾ ਹੈ ਆਪਣੀ ਵਾਲੀ ਵੈਲਿਊ ਯਾਦ ਕਰਨੀ ਹੈ ਕਿ ਵਰਕ ਦਾ ਜਿਹੜਾ ਜਗ੍ਹਾ ਆਪਾਂ ਅਰਗ ਦੇ ਵਿੱਚ ਦੇਖਣਾ ਹੋਵੇ ਤਾਂ 1 ਜਾਊਲ ਬਰਾਬਰ ਹੁੰਦਾ 10 ਦੀ ਪਾਵਰ 7 ਇਹ ਵਾਲਾ ਆਪਣੀ ਰਿਲੇਸ਼ਨ ਯਾਦ ਰੱਖਣਾ 1 ਜੌਲ ਇਕਵਲ ਟੂ 10 ਦੀ ਪਾਵਰ 7 ਅਰਗ ਨੈਕਸਟ ਆਪਣੇ ਕੋਲ ਹੈਗਾ ਹੈ ਵਰਕ ਡਨ ਦੇ ਲਈ ਕਿਹੜੀਆਂ ਕਿਹੜੀਆਂ ਕੰਡੀਸ਼ਨਾਂ ਦਾ ਹੋਣਾ ਜ਼ਰੂਰੀ ਹੈ ਵਰਕ ਡਨ ਵਾਸਤੇ ਕੀ ਹੋਣਾ ਜ਼ਰੂਰੀ ਹੈ ਫਸਟ ਹੈਗਾ ਫੋਰਸ ਮਸਟ ਐਕਟ ਔਨ ਦਾ ਬੋਡੀ ਹਾਂਜੀ ਕਿ ਜਿਹੜੀ ਫੋਰਸ ਹੈ ਆਪਾਂ ਨੂੰ ਪਤਾ ਨਾ ਕਿ ਵਰਕ ਡਨ ਆ ਜਿਹੜਾ ਫੋਰਸ ਤੇ ਡਿਸਟੈਂਸ ਤੇ ਡਿਪੈਂਡ ਕਰਦਾ ਫਸਟ ਥਿੰਗ ਕੀ ਹੈ ਕਿ ਫੋਰਸ ਕੋਈ ਨਾ ਕੋਈ ਜ਼ਰੂਰ ਲੱਗਣੀ ਚਾਹੀਦੀ ਹੈ ਕੋਈ ਨਾ ਕੋਈ ਬਲ ਜ਼ਰੂਰ ਲੱਗਣਾ ਚਾਹੀਦਾ ਤਾਂ ਹੀ ਕੋਈ ਚੀਜ਼ ਆਪਣੀ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਤੇ ਜਾਊਗੀ ਸੈਕੰਡ ਹੈਗਾ ਪੁਆਇੰਟ ਆਫ ਐਪਲੀਕੇਸ਼ਨ ਆਫ ਫੋਰਸ ਸ਼ੁੱਡ ਮੂਵ ਇਨ ਦਾ ਡਾਇਰੈਕਸ਼ਨ ਆਫ ਦਾ ਫੋਰਸ অর ਆਪੋਜ਼ਿਟ ਟੂ ਇਟ ਕਿ ਕੋਈ ਵੀ ਆਬਜੈਕਟ ਪਿਆ ਕੋਈ ਵੀ ਬੋਡੀ ਪਈ ਹੈ ਜਾਂ ਤਾਂ ਜਿੱਧਰ ਨੂੰ ਫੋਰਸ ਲੱਗ ਰਹੀ ਹੈ ਇਹੇ ਵੀ ਉਧਰ ਨੂੰ ਹੀ ਜਾਵੇ ਜਾਂ ਫਿਰ ਜਿੱਧਰ ਨੂੰ ਫੋਰਸ ਲੱਗ ਰਹੀ ਹੈ ਉਹਦੀ ਉਲਟੀ ਦਿਸ਼ਾ ਦੇ ਵਿੱਚ ਜਾਵੇ ਮਤਲਬ ਕਿ ਇਹਦਾ ਮੂਵ ਕਰਨਾ ਪੋਜੀਸ਼ਨ ਬਦਲਣਾ ਜ਼ਰੂਰੀ ਹੈ ਜੇ ਪੋਜੀਸ਼ਨ ਬਦਲੂਗੀ ਕੋਈ ਵੀ ਚੀਜ਼ ਤਾਂ ਹੀ ਆਪਾਂ ਕਹਾਂਗੇ ਕਿ ਵਰਕ ਡਨ ਹੋਇਆ ਅਗਰ ਜਿੱਥੇ ਸੀ ਉੱਥੇ ਹੀ ਖੜੀ ਹੈ ਤਾਂ ਆਪਾਂ ਕੋਈ ਵੀ ਵਰਕ ਡਨ ਨਹੀਂ ਕਹਾਂਗੇ ਵੀ ਹੋਇਆ ਨੈਕਸਟ ਦੇਖੋ ਆਪਾਂ ਨੇ ਆਹ ਵਾਲੀ ਐਗਜ਼ਾਮਪਲ ਦੇਖੀ ਹੈ ਮੰਨ ਲਓ ਕਿ ਇਹ ਜਿਹੜਾ ਹੈਗਾ ਇਹ ਵਰਕ ਡਨ ਕਰ ਰਿਹਾ ਹੈ ਕਿਵੇਂ ਇਹ ਇਸ ਮਸ਼ੀਨ ਨੂੰ ਮੂਵ ਕਰ ਰਿਹਾ ਹੈ ਠੀਕ ਹੈ ਇਧਰ ਨੂੰ ਫੋਰਸ ਲਗਾ ਰਿਹਾ ਹੈ ਇਧਰ ਨੂੰ ਵੀ ਕੀ ਹੈ ਮਸ਼ੀਨ ਮੂਵ ਕਰ ਰਹੀ ਹੈ ਇਹਦਾ ਮਤਲਬ ਇੱਥੇ ਇਹਨਾਂ ਫੋਰਸ ਤੇਦੀ ਡਿਸਪਲੇਸਮੈਂਟ ਦੇ ਵਿਚਾਲੇ ਐਂਗਲ ਕੀ ਬਣ ਰਿਹਾ ਹੈ θ ਆਪਾਂ ਇਧਰ ਨੂੰ ਫੋਰਸ ਲਾ ਰਹੇ ਹਾਂ ਇਧਰ ਨੂੰ ਇਹ ਜਾ ਰਹੀ ਹੈ ਚੀਜ਼ ਤਾਂ ਐਂਗਲ ਕਿੰਨਾ ਬਣ ਰਿਹਾ ਹੈ θ ਫਿਰ ਵਰਕ ਡਨ ਆਪਾਂ ਕੀ ਲਿਖਾਂਗੇ ਵਰਕ ਡਨ ਬਰਾਬਰ ਹੈ ਫੋਰਸ ਇੰਟੂ ਡਿਸਟੈਂਸ ਡਿਸਪਲੇਸਮੈਂਟ ਇੰਟੂ cos θ ਕਲੀਅਰ ਨੈਕਸਟ ਦੇਖੋ ਨੈਕਸਟ ਵੀ ਆਪਣੇ ਕੋਲੇ ਫੋਰਸ ਦੀਆਂ ਕੁਝ ਐਗਜ਼ਾਮਪਲਸ ਨੇ ਕਿ ਮੰਨ ਲਓ ਅਗਰ ਆਪਾਂ ਇੱਕ ਸਿੱਧੇ ਇੱਕ ਰੈਸਟ ਪੋਜੀਸ਼ਨ ਦੇ ਉੱਪਰ ਖੜੇ ਆ ਠੀਕ ਹੈ ਬਿਲਕੁਲ ਵੀ ਮੂਵ ਨਹੀਂ ਕਰ ਰੇ ਮਤਲਬ ਕਿ ਆਪਾਂ ਨੇ ਕੋਈ ਵੀ ਦੂਰੀ ਤੈਅ ਨਹੀਂ ਕੀਤੀ ਅਗਰ ਆਪਾਂ ਕੋਈ ਵੀ ਦੂਰੀ ਤੈਅ ਨਹੀਂ ਕੀਤੀ ਤਾਂ ਆਪਣਾ ਵਰਕ ਡਨ ਵੀ ਕੀ ਹੋਊਗਾ ਜ਼ੀਰੋ ਹੋਊਗਾ ਕਿਉਂਕਿ ਆਪਾਂ ਨੂੰ ਪਤਾ ਵਰਕ ਡਨ ਕੀ ਹੁੰਦਾ ਹੈ ਫੋਰਸ ਇੰਟੂ ਡਿਸਟੈਂਸ ਡਿਸਟੈਂਸ ਕੀ ਹੋ ਗਿਆ ਆਪਣਾ ਜ਼ੀਰੋ ਹੋ ਗਿਆ ਇਹਦਾ ਮਤਲਬ ਫੋਰਸ ਵੀ ਕੀ ਹੋਗੀ ਜ਼ੀਰੋ ਹੋਗੀ ਤੇ ਵਰਕ ਡਨ ਵੀ ਕੀ ਹੋ ਗਿਆ ਜ਼ੀਰੋ ਹੋ ਗਿਆ ਠੀਕ ਹੈ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਵੇਂ ਕੋਈ ਕੰਦ ਹੈ ਆਪਾਂ ਕਿਸੇ ਕੰਦ ਨੂੰ ਧੱਕਾ ਲਗਾ ਰਹੇ ਹਾਂ ਪਰ ਕੀ ਆ ਉਹ ਕੰਦ ਫਿਰ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲਦੀ ਫੋਰਸ ਆਪਾਂ ਨੇ ਬਹੁਤ ਸਾਰੀ ਲਾਈ ਪਰ ਡਿਸਟੈਂਸ ਕੀ ਹੈ 0 ਹੈ ਇਹਦਾ ਮਤਲਬ ਵਰਕ ਡਨ ਵੀ ਕੀ ਹੋ ਗਿਆ 0 ਹੋ ਗਿਆ ਸੈਕਿੰਡ ਐਗਜ਼ਾਮਪਲਸ ਆਪਾਂ ਦੇਖਦੇ ਹਾਂ ਕਿ ਜਿੱਧਰ ਨੂੰ ਆਪਾਂ ਜਾ ਰਹੇ ਸੀ ਤੇ ਜਿੱਧਰ ਨੂੰ ਆਪਣੇ ਤੇ ਫੋਰਸ ਲੱਗ ਰਹੀ ਸੀ ਉਹਨਾਂ ਚ ਐਂਗਲ ਕਿੰਨਾ ਬਣਦਾ 90 ਡਿਗਰੀ ਆਪਾਂ ਨੂੰ ਪਤਾ cos 90 ਕੀ ਹੁੰਦਾ 0 ਹੁੰਦਾ ਇਹਦਾ ਮਤਲਬ ਆਪਣਾ ਵਰਕ ਡਨ ਵੀ ਕੀ ਹੋ ਗਿਆ 0 ਹੋ ਗਿਆ ਕਲੀਅਰ ਨੈਕਸਟ ਦੇਖੋ ਨੈਕਸਟ ਵੀ ਵਰਕ ਡਨ ਦੇ ਕੁਝ ਐਗਜ਼ਾਮਪਲਸ ਲੱਗੀਆਂ ਜਿਸ ਤਰ੍ਹਾਂ ਨਾਲ ਕਿ ਆਪਾਂ ਨੇ ਇਸ ਅਟੈਚੀ ਨੂੰ ਇਧਰ ਨੂੰ ਮੂਵ ਕਰਾਉਣਾ ਠੀਕ ਹੈ ਇਧਰ ਨੂੰ ਲੈ ਕੇ ਜਾਣਾ ਤਾਂ ਆਪਾਂ ਨੂੰ ਪਤਾ ਡਿਸਟੈਂਸ ਇਧਰ ਨੂੰ ਤੈਅ ਕਰੂਗੀ ਫੋਰਸ ਆਪਾਂ ਇੱਥੇ ਲਗਾ ਰਹੇ ਹਾਂ ਫੋਰਸ ਇਹਨੂੰ ਉੱਪਰ ਚੱਕ ਰਹੇ ਹਾਂ ਆਪਾਂ ਚੱਕ ਕੇ ਉੱਪਰ ਉੱਪਰ ਲੈ ਕੇ ਜਾ ਰਹੇ ਹਾਂ ਤਾਂ ਇਹਨਾਂ ਦੇ ਵਿਚਾਲੇ ਕੀ ਬਣੂਗਾ ਐਂਗਲ θ ਬਣੂਗਾ ਤੇ ਵਰਕ ਡਨ ਕੀ ਹੋ ਜਾਊਗਾ ਫੋਰਸ ਡਿਸਟੈਂਸ ਇੰਟੂ cos θ ਕਲੀਅਰ ਨੈਕਸਟ ਇਹਦੇ ਵਿੱਚ ਦੇਖੋ ਜਿਸ ਤਰ੍ਹਾਂ ਕਿਸੇ ਜਨਰੇਟਰ ਦੇ ਨਾਲ ਕਿਸੇ ਪੁਲੀ ਦੇ ਨਾਲ ਆਪਾਂ ਇਹਨੂੰ ਉੱਪਰ ਵੱਲ ਨੂੰ ਖਿੱਚ ਰਹੇ ਹਾਂ ਤਾਂ ਆਪਾਂ ਨੂੰ ਕੀ ਹੈ ਫੋਰਸ ਕਿ ਉੱਪਰ ਨੂੰ ਲੱਗ ਰਹੀ ਹੈ ਡਿਸਟੈਂਸ ਇਹਨੇ ਨੀਚੋਂ ਤੈਅ ਕੀਤਾ ਠੀਕ ਹੈ ਤਾਂ ਵਰਕ ਡਨ ਕੀ ਹੋਊਗਾ ਫੋਰਸ ਇੰਟੂ ਡਿਸਟੈਂਸ ਕਲੀਅਰ ਇੱਕੋ ਹੀ ਫਾਰਮੂਲਾ ਜਿਹੜਾ ਆਪਾਂ ਨੇ ਵਰਕ ਡਨ ਦਾ ਯਾਦ ਰੱਖਣਾ ਹੈ ਨੈਕਸਟ ਹੈਗੀ ਆਪਣੇ ਕੋਲੇ एवरीडे ਲਾਈਫ ਐਗਜ਼ਾਮਪਲਸ ਵਰਕ ਦੀਆਂ ਰੋਜ਼ਾਨਾ ਲਾਈਫ ਦੇ ਵਿੱਚ ਕੀ ਕੀ ਐਗਜ਼ਾਮਪਲਸ ਨੇ ਉਹ ਦੇਖਦੇ ਆਪਾਂ ਕਿੰਨੇ ਬਹੁਤ ਸਾਰੀਆਂ ਗੁੱਡ ਐਗਜ਼ਾਮਪਲਸ ਨੇ ਰੋਜ਼ਾਨਾ ਲਾਈਫ ਦੇ ਵਿੱਚ ਵਰਕ ਡਨ ਦੀਆਂ ਜਿਹੜੀਆਂ ਆਪਾਂ ਦੇਖਦੇ ਆ ਜਿਵੇਂ ਕਿ ਆ ਹਾਰਸ ਪੁੱਲਿੰਗ ਅਪ ਪਲੋ ਥਰੂ ਆ ਫੀਲਡ ਜਿਵੇਂ ਕੀ ਕਰਦੇ ਆ ਕੋਈ ਬੈਲ ਗੱਡੀ ਆ ਜਿਹੜੀ ਉਹ ਕੋਈ ਕੋਈ ਵੀ ਪਸ਼ੂ ਆ ਜਿਹੜਾ ਲੈ ਕੇ ਜਾ ਰਿਹਾ ਜੇ ਆਪਾਂ ਕਹਈਏ ਹਾਰਸ ਆ ਜਿਹੜਾ ਉਹਨੂੰ ਖਿੱਚ ਰਿਹਾ ਹੈਗਾ ਠੀਕ ਹੈ ਰੇੜੀ ਨੂੰ ਖਿੱਚ ਰਿਹਾ ਤਾਂ ਆਪਾਂ ਕੀ ਕਹਿ ਸਕਦੇ ਆ ਵੀ ਉਹ ਕੀ ਵਰਕ ਡਨ ਕਰ ਰਿਹਾ ਆ ਆ ਪਰਸਨ ਪੁਸ਼ਿੰਗ ਆ ਸ਼ੋਪਿੰਗ ਕਾਰਟ ਕਿ ਆਪਾਂ ਕੋਈ ਕੋਈ ਪਰਸਨ ਆ ਜਿਹੜਾ ਉਹ ਕੀ ਆ ਸ਼ਾਪਿੰਗ ਵਾਲੀ ਕੋਈ ਜਿਹੜੀ ਕਾਰਟ ਆ ਜਿਹਦੇ ਵਿੱਚ ਉਹਨੇ ਆਪਣਾ ਸਮਾਨ ਰੱਖਿਆ ਹੋਇਆ ਉਹ ਲੈ ਕੇ ਜਾ ਰਹੇ ਆ ਜਿਹਾ ਪੱਕੇਰੀ ਵੀ ਸਟੂਡੈਂਟ ਨੇ ਜਿਹੜੇ ਆਪਣੇ ਮੋਢਿਆਂ ਦੇ ਉੱਪਰ ਕੀ ਬੈਗ ਚੱਕਦੇ ਆ ਉਹ ਵੀ ਕੀ ਇੱਕ ਵਰਕਡਾਉਨ ਦੀ ਐਗਜ਼ੈਂਪਲ ਹੈ ਜਿਹੜਾ weight lifter ਹੈ ਉਹ ਕੀ ਆ 바ਰਬੈਲ ਆਪਣੇ ਸਿਰ ਦੇ ਉੱਪਰ weight ਚੱਕਦਾਗਾ ਉਹਨੂੰ ਵੀ ਆਪਾਂ ਕਹਾਂਗੇ ਵੀ ਉਹ ਕੀ ਦੀ ਐਗਜ਼ੈਂਪਲ ਹੈ ਵਰਕਡਾਉਨ ਦੀ ਆ ਬਰੀਡੇ ਲਾਈਫ ਦੇ ਵਿੱਚ ਜਿਹੜਾ ਆਪਾਂ ਕਰਦੇ ਆ ਇਨ ਈਚ ਕੇਸ ਡਿਸਕ੍ਰਿਪਸ਼ਨ ਹੇਅਰ देयर ਇਜ਼ ਅ ਫੋਰਸ ਐਕਸਰਟਡ ਅਪਨ ਐਨ ਆਬਜੈਕਟ ਟੂ ਕਾਜ਼ that object to be displaced ਸਾਰੀਆਂ ਐਗਜ਼ੈਂਪਲ ਦੇ ਵਿੱਚ ਕੀ ਹੈ ਫੋਰਸ ਲਾਈ ਗਈ ਹੈ ਬਲ ਲਾਇਆ ਗਿਆ ਹੈ ਤਾਂ ਜੋ ਕਿ ਇਹ ਵਰਕ ਡਨ ਹੋ ਸਕੇ ਚੀਜ਼ ਆਪਣੀ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਸਕੇ ਕਲੀਅਰ ਨੈਕਸਟ ਦੇਖੋ ਹੁਣ ਆਪਾਂ ਦੇਖਾਂਗੇ ਕਿ ਜਿਹੜਾ ਵਰਕ ਹੈ ਉਹਦਾ ਨੇਚਰ ਕਿਸ ਤਰ੍ਹਾਂ ਦਾ ਹੈ ਵਰਕ ਹੈ ਜਿਹੜਾ ਆਪਣੇ ਕੋਲੇ ਤਿੰਨ ਤਰ੍ਹਾਂ ਦਾ ਹੁੰਦਾ ਹੈ ਵਰਕ ਆਪਣੇ ਕੋਲੇ ਪੋਜ਼ੀਟਿਵ ਹੁੰਦਾ ਹੈ 네ਗੇਟਿਵ ਹੁੰਦਾ ਹੈ ਤੇ ਜ਼ੀਰੋ ਵਰਕ ਡਨ ਹੁੰਦਾ ਹੈ ਪੋਜ਼ੀਟਿਵ 네ਗੇਟਿਵ ਜ਼ੀਰੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪੋਜ਼ਿਟਿਵ ਵਰਕ ਡਨ ਕਦੋਂ ਹੁੰਦਾ ਹੈ ਪੋਜ਼ਿਟਿਵ ਦਾ ਮਤਲਬ ਕੀ ਹੈ ਕਿ ਫੋਰਸ ਆ ਜਿਹੜੀ ਪੈਰਲਲ ਟੂ ਦਾ ਡਿਸਪਲੇਸਮੈਂਟ ਕਿ ਦੇਖੋ ਆ ਆਪਣੇ ਕੋਲੇ ਕੋਈ ਬਾਡੀ ਆ ਇਹ ਇਧਰ ਨੂੰ ਜਾਣਾ ਚਾਹੁੰਦੀ ਹੈ ਤੇ ਆਪਾਂ ਇਹਨੂੰ ਪਿੱਛੋਂ ਫੋਰਸ ਲਗਾ ਰਹੇ ਆ ਜਿਹੜੀ ਦਿਸ਼ਾ 'ਚ ਇਹ ਜਾਣਾ ਚਾਹੁੰਦੀ ਓਸੇ ਦਿਸ਼ਾ ਦੇ ਵਿੱਚ ਹੀ ਆਪਾਂ ਫੋਰਸ ਲਾ ਰਹੇ ਆ ਤਾਂ ਇਹਦਾ ਮਤਲਬ ਕੀ ਆ ਫੋਰਸ ਤੇ ਡਿਸਟੈਂਸ ਜਿਹੜੀ ਡਿਸਪਲੇਸਮੈਂਟ ਆ ਇੱਕੋ ਹੀ ਦਿਸ਼ਾ ਦੇ ਵਿੱਚ ਹੋ ਰਹੀ ਆ ਤਾਂ ਵਰਕ ਡਨ ਕੀ ਹੋਊਗਾ ਪੋਜ਼ਿਟਿਵ ਹੋਊਗਾ ਠੀਕ ਹੈ ਤੇ ਜਦੋਂ ਆਪਣੇ ਕੋਲੇ ਐਂਗਲ ਕੀ ਹੈ 0 ਤੋਂ ਲੈ ਕੇ 90 ਦੇ ਵਿੱਚ ਲੱਗਦਾ ਹੈ ਆਹ ਵਾਲਾ ਰਿਲੇਸ਼ਨ ਯਾਦ ਰੱਖਣਾ ਹੈ ਪੋਜ਼ਿਟਿਵ ਵਰਕ ਡਨ ਦੇ ਵਿੱਚ ਇਹ ਕੀ ਐ एमसीक्यू ਬਣ ਸਕਦਾ ਹੈ ਕਿ ਪੋਜ਼ਿਟਿਵ ਵਰਕ ਡਨ ਵਾਲੇ ਐਂਗਲ ਦੀ θ ਦੀ ਵੈਲਿਊ ਕਿਸ ਤਰ੍ਹਾਂ ਵੈਰੀ ਕਰਦੀ ਆ ਠੀਕ ਹੈ ਪੋਜ਼ਿਟਿਵ ਵਰਕ ਡਨ ਦੇ ਐਗਜ਼ਾਮਪਲਸ ਦੇਖਦੇ ਆਪਾਂ ਆ ਬੋਡੀ ਫਾਲਿੰਗ ਫ੍ਰੀਲੀ ਅੰਡਰ ਗ੍ਰੈਵਿਟੀ ਦ ਵਰਕ ਡਨ ਇਜ਼ ਪੋਜ਼ਿਟਿਵ ਆਪਾਂ ਨੂੰ ਪਤਾ ਹੈ ਕਿ ਜੇ ਉੱਪਰੋਂ ਕੋਈ ਚੀਜ਼ ਆਪਾਂ ਸੁੱਟਦੇ ਆ ਠੀਕ ਹੈ ਗ੍ਰੈਵਿਟੀ ਕੀ ਕਰਦੀ ਆ ਹਰ ਇੱਕ ਚੀਜ਼ ਨੂੰ ਧਰਤੀ ਦੇ ਵੱਲ ਖਿੱਚਦੀ ਆ ਗ੍ਰੈਵਿਟੀ ਇਧਰ ਨੂੰ ਐਕਟ ਕਰ ਰਹੀ ਆ ਤਾਂ ਜਿਹੜੀ ਆਪਾਂ ਚੀਜ਼ ਉੱਪਰੋਂ ਛੁੱਟੀ ਐ ਉਹ ਵੀ ਕਿੇ ਨੀਚੇ ਵੱਲ ਐਕਟ ਕਰ ਰਹੀ ਐ ਦੋਨਾਂ ਦੀ ਡਾਇਰੈਕਸ਼ਨ ਸੇਮ ਐ ਇਹਦਾ ਮਤਲਬ ਵਰਕ ਡਨ ਕੀ ਹੋਊਗਾ ਪੋਜ਼ਿਟਿਵ ਵਰਕ ਡਨ ਹੋਊਗਾ ਵੈਨਲ ਲਾਵਨ ਰੋਲਰ ਇਜ਼ ਪੁਲਡ ਬਾਏ ਅਪਲਾਈਂਗ ਅ ਫੋਰਸ ਅਲੋਂਗ ਦਾ ਹੈਂਡਲ ਐਟ ਦਾ ਐਕਿਊਟ ਐਂਗਲ ਵਰਕ ਡਨ ਇਜ਼ ਪੋਜ਼ਿਟਿਵ ਕੋਈ ਵੀ ਆਪਾਂ ਮਸ਼ੀਨ ਐ ਜਿਹੜੀ ਗਰਾਊਂਡ ਤੇ ਚਲਾ ਰਹੇ ਆ ਤਾਂ ਉਹਦੇ ਵਿੱਚ ਵੀ ਕੀ ਹੋਊਗਾ ਵਰਕ ਡਨ ਪੋਜ਼ਿਟਿਵ ਹੋਊਗਾ ਜਿਹੜੀ ਡਾਇਰੈਕਸ਼ਨ 'ਚ ਆਪਾਂ ਫੋਰਸ ਲਾ ਰਹੇ ਆ ਉਸੇ ਦਿਸ਼ਾ ਦੇ ਵਿੱਚ ਚੀਜ਼ ਜਾ ਰਹੀ ਆ ਤਾਂ ਆਪਾਂ ਕਹਾਂਗੇ ਵਰਕ ਡਨ ਕੀ ਐ ਪੋਜ਼ਿਟਿਵ ਨੈਕਸਟ ਆਪਣੇ ਕੋਲ ਹੈਗਾ ਕਿ ਵਰਕ ਡਨ ਜਦੋਂ ਆਪਾਂ ਕੋਈ ਵੀ ਜਿਵੇਂ ਕੋਈ ਮੈਨ ਹੈ ਆਪਾਂ ਨੇ ਰਿਲੇਸ਼ਨ ਯਾਦ ਰੱਖਣਾ ਆਪਾਂ ਨੇ ਕਿ ਕੋਈ ਅਟੈਚ ਵਗੈਰਾ ਉੱਪਰ ਨੂੰ ਚੱਕੀ ਹੈ ਠੀਕ ਹੈ ਅਟੈਚੀ ਸੀ ਜਿਹੜਾ ਉਹਦਾ ਮਾਸ ਕਿੰਨਾ ਹੈ ਐਮ ਐ ਉੱਪਰ ਨੂੰ ਕਿਹੜੀ ਫੋਰਸ ਲੱਗਦੀ ਹੈ ਜੀ ਗ੍ਰੈਵਿਟੀ ਤੇ ਇੱਥੋਂ ਚੱਕ ਕੇ ਆਪਾਂ ਅਟੈਚ ਨੂੰ ਇੱਥੇ ਤੱਕ ਲੈ ਗਏ ਕਿੰਨਾ ਡਿਸਟੈਂਸ ਤੱਕ ਕਰ ਲਿਆ ਆਪਾਂ ਨੇ ਐਚ ਠੀਕ ਹੈ ਤਾਂ ਇਹਦਾ ਮਤਲਬ ਵਰਕ ਡਨ ਬਰਾਬਰ ਕਾਦੀ ਹੋਊਗਾ ਐਮ ਜੀ ਐਚ ਐਮ ਕੀ ਹੈ ਮਾਸ ਜੀ ਕੀ ਐਕਸਲੇਸ਼ਨ ਡੂ ਟੂ ਗ੍ਰੈਵਿਟੀ ਐਚ ਕੀ ਹੈ ਹਾਈਟ ਇਹ ਕੀ ਹੋਊਗਾ ਫਰਕ ਡਨ ਹੋਊਗਾ ਨੈਕਸਟ ਆਪਣੇ ਕੋਲ ਹੈਗਾ ਨੈਗੇਟਿਵ ਵਰਕ ਡਨ ਨੈਗੇਟਿਵ ਹੁੰਦਾ ਹੈ ਕਿ ਜਦੋਂ ਆਪਾਂ ਉਲਟੀ ਦਿਸ਼ਾ ਦੇ ਵਿੱਚ ਫੋਰਸ ਲਾਉਣੇ ਆ ਆਪੋਜੀਟ ਡਾਇਰੈਕਸ਼ਨ ਤੋਂ ਕਿ ਕੋਈ ਬਾਡੀ ਹੈ ਉਹਨੇ ਮੂਵ ਤਾਂ ਇਧਰ ਨੂੰ ਕਰਨਾ ਸੀ ਪਰ ਆਪਾਂ ਫੋਰਸ ਇਧਰ ਨੂੰ ਲਗਾਏ ਜਾਂਦੇ ਆ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਠੀਕ ਉਹ ਕੀ ਹੋਊਗਾ ਨੈਗੇਟਿਵ ਵਰਕ ਡਨ ਹੋਊਗਾ ਆਹ ਵਾਲਾ ਪੁਆਇੰਟ ਯਾਦ ਰੱਖਣਾ ਹੈ ਰਿਮੈਂਬਰ ਕਰਨਾ ਹੈ ਉਹਦੇ ਵਿੱਚ ਕੀ ਸੀਗਾ ਆਪਣੇ ਕੋਲ ਜਿਹੜਾ θ ਸੀ ਉਕੀਆ 0 ਤੋਂ ਲੈ ਕੇ 90 ਦੇ ਵਿੱਚ ਵੇਰੀ ਕਰਦਾ ਸੀ ਤੇ ਇਹਦੇ ਵਿੱਚ ਕੀ ਕਰਦਾ 90 ਤੋਂ ਲੈ ਕੇ 180 ਦੇ ਵਿੱਚ ਵੇਰੀ ਕਰਦਾ ਇਹ ਝ ਯਾਦ ਰੱਖਣੀ ਆ ਨੈਕਸਟ ਆਪਣੇ ਕੋਲ ਐਗਜ਼ਾਮਪਲਸ ਆਫ 네ਗੇਟਿਵ ਵਰਕ ਡਨ ਕਦੋਂ ਕਦੋਂ 네ਗੇਟਿਵ ਵਰਕ ਡਨ ਹੁੰਦਾ ਕਿ ਜਦੋਂ ਆਪਾਂ ਗ੍ਰੈਵਿਟੀ ਦੇ ਉਲਟ ਕੁਝ ਕੰਮ ਕਰਦੇ ਆ ਜਿਵੇਂ ਆਪਾਂ ਕੀ ਹੈ ਪਰਸਨ ਲਿਫਟ ਆ ਬੋਡੀ ਫਰੋਮ ਗਰਾਉਂਡ ਗਰਾਉਂਡ ਤੋਂ ਕੋਈ ਚੀਜ਼ ਉੱਪਰ ਨੂੰ ਚੱਕਦੇ ਆ ਜਿਵੇਂ ਅਟੇਚੀ ਚੱਕੀ ਸੀ ਤਾਂ ਗ੍ਰੈਵਿਟੀ ਕਿ ਲੱਗਦੀ ਆ ਨੀਚੇ ਨੂੰ ਲੱਗਦੀ ਆ ਆਪਾਂ ਫੋਰਸ ਉੱਪਰ ਨੂੰ ਲਗਾ ਰਹੇ ਆ ਤਿੰਨੋਂ ਦੋਨਾਂ ਦੀ ਡਾਇਰੈਕਸ਼ਨ ਆਪੋਜੀਟ ਹੋ ਗਈ ਨਾ ਜਦੋਂ ਡਾਇਰੈਕਸ਼ਨ ਆਪੋਜੀਟ ਹੋ ਜਾਏ ਤਾਂ ਵਰਕ ਡਨ ਕੀ ਹੋਊਗਾ 네ਗੇਟਿਵ ਵਰਕ ਡਨ ਨੈਕਸਟ ਹੈਗਾ when a body is made to slide over a rough surface the work done by frictional force is negative ਜਦੋਂ ਆਪਾਂ ਕੀ ਕਰਦੇ ਹਾਂ ਕਿਸੇ ਉਬੜ ਖੜੜ ਇਰੈਗੂਲਰ ਰਸਤੇ ਦੇ ਉੱਪਰ ਰਫ ਸਰਫੇਸ ਦੇ ਉੱਪਰ ਕੋਈ ਚੀਜ਼ ਲੈ ਕੇ ਜਾਂਦੇ ਹਾਂ ਤਾਂ ਉਹਦੇ ਵਿੱਚ ਕੀ ਰਗੜ ਵਾਲ ਆ ਜਾਂਦਾ ਫ੍ਰਿਕਸ਼ਨ ਆ ਜਾਂਦੀ ਹੈ ਜਿਹਦੇ ਕਰਕੇ ਵਰਕ ਡਨ ਕੀ ਹੋ ਜਾਂਦਾ 네ਗੇਟਿਵ ਹੋ ਜਾਂਦਾ when a positive charge is moved toward another positive charge the work done by electrostatic force between them is a negative ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੇ ਪੋਜ਼ਿਟਿਵ ਚਾਰਜ ਹੁੰਦੇ ਆ ਉਹ ਕੀ ਕਰਦੇ ਇੱਕ ਦੂਜੇ ਨੂੰ ਦੂਰ ਦੂਰ ਕਰਦੇ ਆ ਅਪਕਰਸ਼ਿਤ ਕਰਦੇ ਆ ਜਾਨੀ ਕਿ ਰਿਪੈਲ ਕਰਦੇ ਆ ਜਿਹੜੇ ਕੀ ਹੈ ਆਪੋਜ਼ਿਟ ਚਾਰਜ ਹੁੰਦੇ ਆ ਜਿਵੇਂ ਨੈਗੇਟਿਵ ਪੋਜ਼ਿਟਿਵ ਉਹ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਆ ਆਕਰਸ਼ਿਤ ਕਰਦੇ ਆ ਇਹਦਾ ਮਤਲਬ ਜਦੋਂ ਆਪਾਂ ਪੋਜ਼ਿਟਿਵ ਤੇ ਪੋਜ਼ਿਟਿਵ ਨੂੰ ਲਵੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਕੀ ਕਰਨਗੇ ਦੂਰ ਦੂਰ ਭੱਜਣਗੇ ਦੂਰ ਦੂਰ ਜਾਣਗੇ ਦਾ ਮਤਲਬ ਵਰਕ ਡਨ ਕੀ ਹੋਊਗਾ 네ਗੇਟਿਵ ਕਲੀਅਰ ਨੈਕਸਟ ਆਪਣੇ ਕੋਲੇ ਥਰਡ ਟਾਈਪ ਹੈਗੀ ਆ ਜ਼ੀਰੋ ਵਰਕ ਡਨ ਵਰਕ ਡਨ ਜ਼ੀਰੋ ਕਦੋਂ ਹੋਊਗਾ ਇਹਦੇ ਲਈ ਆਪਣੇ ਕੋਲੇ ਤਿੰਨ ਕੰਡੀਸ਼ਨਸ ਨੇ ਫਸਟ ਆਪਣੇ ਕੋਲੇ ਹੈਗੀ ਹੈ ਕਿ ਜਦੋਂ ਆਪਾਂ ਕੀਏ ਫੋਰਸ ਤੇ ਜਿਹੜਾ ਡਿਸਪਲੇਸਮੈਂਟ ਹੈ ਫੋਰਸ ਤੇ ਡਿਸਪਲੇਸਮੈਂਟ ਦੋਨੇ ਕੀ ਹੈ 90 ਡਿਗਰੀ ਦਾ ਐਂਗਲ ਬਣਾਉਂਡ ਜਿਹੜਾ ਡਿਸਪਲੇਸਮੈਂਟ ਹੈ ਉਹ ਇਧਰ ਨੂੰ ਹੋਣਾ ਚਾਹੀਦਾ ਸੀ ਜੇ ਜਿਹੜੀ ਕੋਈ ਵੀ ਬੋਡੀ ਉਹਨੇ ਜਾਣਾ ਇੱਧਰ ਨੂੰ ਸੀ ਤੇ ਆਪਾਂ ਫੋਰਸ ਉੱਪਰੋਂ ਲਗਾਈ ਜਾ ਰਹੇ ਆ ਇਹਦਾ ਮਤਲਬ ਫੋਰਸ ਇਹਦੀ ਕੋਈ ਹੈਲਪ ਨਹੀਂ ਕਰ ਰਹੀ ਕੋਈ ਹੈਲਪ ਨਹੀਂ ਕਰ ਰਹੀ ਨਾ ਹੀ ਰੋਕ ਰਹੀ ਹੈ ਇਹਦਾ ਮਤਲਬ ਵਰਕ ਡਨ ਕੀ ਹੋ ਰਿਹਾ ਜ਼ੀਰੋ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਜਿਹੜੀ ਕੰਡੀਸ਼ਨ ਆਉਂਦੇ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਜਾਂ ਫਿਰ ਕੀ ਹੈ ਜਿਵੇਂ ਕਿ ਕੰਦ ਸੀ ਕੰਤ ਤੇ ਆਪਾਂ ਬਹੁਤ ਸਾਰੀ ਫੋਰਸ ਲਾਈ ਪਰ ਉਹ ਫਿਰ ਵੀ ਨਹੀਂ ਮੂਵ ਕਰੀ ਫਿਰ ਵੀ ਆਪਣੀ ਜਗ੍ਹਾ ਤੋਂ ਗਈ ਨਹੀਂ ਇਹਦਾ ਮਤਲਬ ਡਿਸਪਲੇਸਮੈਂਟ ਕੀ ਹੋਗੀ ਜ਼ੀਰੋ ਜੇ ਡਿਸਪਲੇਸਮੈਂਟ ਜ਼ੀਰੋ ਹੋਗੀ ਆਪਾਂ ਨੂੰ ਪਤਾ ਵਰਕ ਡਨ ਕੀ ਹੁੰਦਾ ਫੋਰਸ ਡਿਸਪਲੇਸਮੈਂਟ ਕੋਸ ਥੀਟਾ ਇਹ ਕੀ ਹੁੰਦਾ ਹੈ ਵਰਕ ਡਨ ਹੁੰਦਾ ਹੈ ਫੋਰਸ ਤੇ ਡਿਸਪਲੇਸਮੈਂਟ ਇਹਨਾਂ ਦੋਨਾਂ ਦੇ ਵਿੱਚੋਂ ਜੇ ਇੱਕ ਚੀਜ਼ ਵੀ ਜ਼ੀਰੋ ਹੋ ਗਈ ਤਾਂ ਵਰਕ ਡਨ ਕੀ ਹੋ ਜਾਊਗਾ ਜ਼ੀਰੋ ਹੋ ਜਾਊਗਾ ਕਲੀਅਰ ਅਗਰ 90 ਡਿਗਰੀ ਤੇ ਹੈ ਆਪ ਨੂੰ ਪਤਾ ਕੋਸ 90 ਕਿੰਨਾ ਹੁੰਦਾ ਜ਼ੀਰੋ ਤਾਂ ਵੀ ਕਿ ਵਰਕ ਡਨ ਜ਼ੀਰੋ ਹੋ ਜੂ ਇਹਨਾਂ ਤਿੰਨਾਂ ਤੇ ਡਿਪੈਂਡ ਕਰਦਾ ਵਰਕ ਡਨ ਕਿੰਨਾ ਹੋਣਾ ਚਾਹੀਦਾ ਅਗਰ ਤਿੰਨਾਂ ਚੋਂ ਕੋਈ ਵੀ ਇੱਕ ਚੀਜ਼ ਜ਼ੀਰੋ ਹੁੰਦੀ ਆ ਤਾਂ ਵਰਕ ਡਨ ਵੀ ਕੀ ਹੋ ਜਾਊਗਾ ਜ਼ੀਰੋ ਹੋ ਜਾਊਗਾ ਹੁਣ ਆਪਾਂ ਦੇਖਦੇ ਹਾਂ ਕਿ ਐਗਜ਼ਾਮਪਲਸ ਕਿਨੇ ਵਰਕ ਡਨ ਜ਼ੀਰੋ ਦੀਆਂ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੇ ਰੇਲਵੇ ਸਟੇਸ਼ਨ ਵਗੈਰਾ ਹੁੰਦੇ ਨੇ ਜਾਂ ਕੋਈ ਵੀ ਸਟੇਸ਼ਨ ਉਥੇ ਕੁੱਲੀ ਹੁੰਦੇ ਨੇ ਸਮਾਨ ਚੱਕਣ ਵਾਸਤੇ ਉਹ ਕੀ ਕਰਦੇ ਆ ਸਮਾਨ ਨੂੰ ਚੱਕ ਕੇ ਆਪਣੇ ਸਿਰ ਦੇ ਉੱਪਰ ਰੱਖ ਲੈਂਦੇ ਆ ਹੈੱਡ ਦੇ ਉੱਪਰ ਪਰ ਫਿਰ ਵੀ ਗ੍ਰੈਵਿਟੀ ਦੇ ਅਗੇਨਸਟ ਕੰਮ ਕਰ ਰਹੇ ਆ ਤਾਂ ਵਰਕ ਡਨ ਕੀ ਹੋਜੂ ਜ਼ੀਰੋ ਕਿਉਂਕਿ ਜਿਹੜਾ weight ਹੈ ਜਿਹੜਾ ਉਹਨਾਂ ਨੇ ਸਿਰ ਤੇ ਰੱਖ ਲਿਆ ਉਹ ਕੀ ਅਰੇਸਟ ਪੋਜੀਸ਼ਨ 'ਚ ਆ ਮੂਵ ਨਹੀਂ ਕਰ ਰਿਹਾ ਇਹਦਾ ਮਤਲਬ ਵਰਕ ਡਨ ਕੀ ਹੋ ਗਿਆ ਜ਼ੀਰੋ ਨੈਕਸਟ ਹੈਗਾ when a body moves in circular circle the work done by the centripetal force is always zero ਆਪਾਂ ਨੂੰ ਪਤਾ ਹੈ ਕਿ ਸਰਕਲ ਦੇ ਵਿੱਚ ਆਪਾਂ ਪ੍ਰੀਵੀਅਸ ਵੀਡੀਓਸ ਦੇ ਵਿੱਚ ਪੜਿਆ ਹੈ ਕਿ ਸਰਕਲ ਦੇ ਵਿੱਚ ਡਿਸਪਲੇਸਮੈਂਟ ਕੀ ਹੁੰਦੀ ਹੈ ਜ਼ੀਰੋ ਹੁੰਦੀ ਆ ਅਗਰ ਡਿਸਪਲੇਸਮੈਂਟ ਜ਼ੀਰੋ ਹੋ ਗਈ ਤਾਂ ਵਰਕ ਡਨ ਵੀ ਕੀ ਹੋ ਗਿਆ ਜ਼ੀਰੋ ਨੈਕਸਟ ਆਪਣੇ ਕੋਲ ਹੈਗਾ ਹੈ ਵੈਨ ਪਰਸਨ ਟਰਾਈ ਟੂ ਡਿਸਪਲੇਸ ਆ ਬਾਲ অর ਅ ਹੈਵੀ ਸਟੋਨ ਜਦੋਂ ਆਪਾਂ ਕਿਸੇ ਵੀ ਕੰਦ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕੋਈ ਬਹੁਤ ਭਾਰੀ ਚੀਜ਼ ਚੱਕਦੇ ਹਾਂ ਜਿਹੜੀ ਨਹੀਂ ਚੱਕੀ ਜਾਂਦੀ ਆਪਾਂ ਤਾਂ ਆਪਣੇ ਵੱਲੋਂ ਬਹੁਤ ਕੰਮ ਕਰ ਰਹੇ ਆ ਪਰ ਫਿਰ ਵੀ ਵਰਕ ਡਨ ਕੀ ਹੋ ਰਿਹਾ ਹੈ ਜ਼ੀਰੋ ਜਿਵੇਂ ਕੋਈ ਰੈਸਲਰ ਆਉ ਕਿ ਵੇਟ ਲਿਫਟ ਕਰਦਾ ਵਰਕ ਡਨ ਕਰਦਾ ਹੈ ਗਰਾਉਂਡ ਤੋਂ ਪਰ ਫਿਰ ਵੀ ਉਹ ਹੋਲਡ ਨਹੀਂ ਕਰ ਪਾਉਂਦਾ ਤਾਂ ਵਰਕ ਡਨ ਕੀ ਹੋਊਗਾ ਜ਼ੀਰੋ ਵਰਕ ਡਨ ਆਪਣੀ ਮਿਹਨਤ ਤੇ ਡਿਪੈਂਡ ਨਹੀਂ ਕਰਦਾ ਵਰਕ ਡਨ ਡਿਪੈਂਡ ਕਰਦਾ ਕਿਉਂਕਿ ਬਦਲਾਅ ਆਇਆ ਜਾਂ ਨਹੀਂ ਜਿਹੜਾ ਆਬਜੈਕਟ ਸੀ ਜਿਹੜੀ ਬਾਡੀ ਸੀ ਉਹਦੀ ਪੋਜੀਸ਼ਨ ਚੇਂਜ ਹੋਈ ਜਾਂ ਨਹੀਂ ਹੋਈ ਉਹ ਕੀ ਹੁੰਦਾ ਵਰਕ ਡਨ ਹੁੰਦਾ ਇਸ ਤਰ੍ਹਾਂ ਕੀਆ ਕੋਈ ਵੀ ਮੈਨ ਸਟੈਂਡਿੰਗ ਸਟਿਲ ਐਟ ਦਾ ਬੱਸ ਸਟਾਪ ਵਿਦ ਹੈਵੀ ਸੂਟਕੇਸ ਇਨ ਹਿਸ ਹੈਂਡ ਉਹ ਕੀਆ ਉਹਨੇ ਤਾਂ ਬਹੁਤ ਭਾਰਾ ਸੂਟਕੇਸ ਚੱਕਿਆ ਹੋਇਆ ਪਰ ਐਕਚੁਅਲ ਦੇ ਵਿੱਚ ਉਹ ਸਿਚੁਏਸ਼ਨ ਚ ਕੋਈ ਵੀ ਵਰਕ ਡਨ ਨਹੀਂ ਹੋ ਰਿਹਾ ਕਿਉਂਕਿ ਜਿਹੜਾ ਸੂਟਕੇਸ ਆ ਉਹ ਆਪਣੀ ਪੋਜੀਸ਼ਨ ਨਹੀਂ ਬਦਲ ਰਿਹਾ ਉਹ ਫੜ ਕੇ ਸੂਟਕੇਸ ਨੂੰ ਇੱਕ ਜਗ੍ਹਾ ਤੇ ਖੜਾ ਹੈ ਅਗਰ ਮੈਨ ਵੀ ਮੂਵ ਕਰਦਾ ਤਾਂ ਵੀ ਵਰਕ ਡਨ ਕੀ ਹੋਊਗਾ ਜ਼ੀਰੋ ਹੋਊਗਾ ਕਲੀਅਰ ਹੁਣ ਆਪਾਂ ਕਰਦੇ ਆ ਤਿੰਨੋਂ ਵਰਕ ਡਨ ਨੂੰ ਸਮ ਅਪ ਕਰਦੇ ਆ ਕਿ ਵਰਕ ਡਨ ਚੀਜ਼ ਕੀ ਹੁੰਦੀ ਹੈ ਵਰਕ ਡਨ ਕੀ ਹੁੰਦਾ ਹੈ ਫੋਰਸ ਇੰਟੂ ਡਿਸਪਲੇਸਮੈਂਟ ਆਪਾਂ ਨੂੰ ਪਤਾ ਵਰਕ ਡਨ ਕੀ ਹੁੰਦਾ ਫੋਰਸ ਇੰਟੂ ਡਿਸਪਲੇਸਮੈਂਟ ਜਿਹਨੂੰ ਡੀ ਜੈਸ ਨਾਲ ਲਿਖ ਸਕਦੇ ਆ cos θ ਹੁਣ ਆਪਣੇ ਕੋਲੇ ਤਿੰਨ ਕੇਸ ਬਣੇ ਸੀ ਪੋਜ਼ਿਟਿਵ 네ਗੇਟਿਵ ਤੇ ਜ਼ੀਰੋ ਵਾਲਾ ਕੇਸ ਹੁਣ ਜ਼ੀਰੋ ਵਾਲਾ ਕੇਸ ਕਦੋਂ ਹੋਊਗਾ ਜਦੋਂ ਕੀ ਆ ਜਾਂ ਤਾਂ ਫੋਰਸ ਜ਼ੀਰੋ ਹੋਗੀ ਜਾਂ ਕਿ ਡਿਸਟੈਂਸ ਜ਼ੀਰੋ ਹੋ ਗਿਆ ਜਾਂ ਫਿਰ ਕੀ ਹੈ ਐਂਗਲ ਹੈ ਜਿਹੜਾ ਉਹ ਕੀ 90 ਡਿਗਰੀ ਐਂਗਲ ਬਣ ਗਿਆ ਅਗਰ ਫੋਰਸ ਤੇ ਡਿਸਪਲੇਸਮੈਂਟ ਦੇ ਵਿੱਚ 90 ਡਿਗਰੀ ਦਾ ਐਂਗਲ ਬਣ ਗਿਆ ਤਾਂ ਕੀ ਹੋਊਗਾ ਵਰਕ ਡਨ ਜ਼ੀਰੋ ਪੋਜ਼ਿਟਿਵ ਵਰਕ ਡਨ ਕੀ ਹੁੰਦਾ ਜਦੋਂ ਆਪਾਂ ਜਿੱਧਰ ਨੂੰ ਡਿਸਪਲੇਸਮੈਂਟ ਹੋ ਰਹੀ ਆ ਉਧਰ ਨੂੰ ਹੀ ਆਪਾਂ ਕੀ ਲਗਾ ਰਹੇ ਆ ਫੋਰਸ ਲਗਾ ਰਹੇ ਆ ਤਾਂ ਵਰਕ ਡਨ ਕੀ ਹੋਊਗਾ ਪੋਜ਼ਿਟਿਵ 네ਗੇਟਿਵ ਵਰਕ ਡਨ ਕਦੋਂ ਹੋਊਗਾ ਜਦੋਂ ਡਿਸਪਲੇਸਮੈਂਟ ਤਾਂ ਇਧਰ ਨੂੰ ਹੋ ਰਹੀ ਆ ਪਰ ਫੋਰਸ ਆਪਾਂ ਇਸ ਸਾਈਡ ਤੇ ਲਗਾ ਰਹੇ ਆ ਤਾਂ ਵਰਕ ਡਨ ਕੀ ਹੋਊਗਾ 네ਗੇਟਿਵ ਵਰਕ ਡਨ ਹਾਂਜੀ ਆਈ ਹੋਪ ਸੋਨ ਵਰਕ ਡਨ ਬਾਰੇ ਜੰਗੀਤ ਨਾਲ ਕਲੀਅਰ ਹੋ ਗਿਆ ਹੋਣਾ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰੋ ਚੈਨਲ ਨੂੰ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ